ਬਾਈ ਲਾਈਵ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹਾਂ ਪਿੰਡ ਚੱਕ ਰਾਮੂ ਵਿੱਚ। ਸਰ, ਤੁਸੀਂ ਜਾਣਦੇ ਹੀ ਹੋ ਕਿ ਵਰਲਡ ਫੇਮਸ ਜਿਹੜੀਆਂ ਆਵਾਜ਼ਾਂ ਕੌਰ ਸਿਸਟਰ, ਜਿਨ੍ਹਾਂ ਦੇ ਵੱਖ ਵੱਖ ਤੁਸੀਂ ਧਾਰਮਿਕ ਸਮਾਜਿਕ ਜਿਹੜੇ ਟਰੈਕ ਆ ਅਕਸਰ ਹੀ ਟੀ ਵੀ ਚੈਨਲਾਂ ਅਤੇ ਯੂਟਿਊਬ ਚੈਨਲਾਂ 'ਤੇ ਦੇਖਦੇ ਆਏ ਹੋ, ਅਤੇ ਸਾਡੇ ਕੋਲ ਕਾਫੀ ਸਾਡੇ ਸਰੋਤਿਆਂ ਦੇ ਮੈਸੇਜ ਆਏ ਸੀਗੇ ਕਿ ਤੁਸੀਂ ਕੌਰ ਸਿਸਟਰ ਜੀ ਦੇ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ ਉਹਨਾਂ ਨਾਲ ਜ਼ਰੂਰ ਕੁਝ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰੋ ਕਿ ਉਹਨਾਂ ਦਾ ਇਸ ਫੀਲਡ ਵੱਲ ਗਾਇਕੀ ਦੀ ਲੈਣ ਵਾਲੇ ਕਿਵੇਂ ਆਈਆਂ। ਆਪਾਂ ਕੁਝ ਸਵਾਲ ਇਹਨਾਂ ਨਾਲ ਕਰਾਂਗੇ। ਆਓ, ਸਭ ਤੋਂ ਪਹਿਲਾਂ ਭੈਣ ਜੀ ਜੈਗੁਰਦੇਵ ਜੀ। ਧੰਨ ਗੁਰਦੇਵ ਜੀ। ਭੈਣ ਜੀ, ਸਾਡਾ ਪਹਿਲਾ ਸਵਾਲ ਇਹ ਆ, ਦੇਖੋ ਕੁੜੀਆਂ ਜਿਹੜੀਆਂ ਖਾਸ ਤੌਰ 'ਤੇ ਔਰਤਾਂ ਜਦੋਂ ਸਿੰਗਿੰਗ ਵਿੱਚ ਆਉਂਦੀਆਂ, ਉਹਨਾਂ ਨੂੰ ਕਾਫੀ ਜਿਹੜੀਆਂ ਔਕੜਾਂ ਵੀ ਆਉਂਦੀਆਂ, ਕੀ ਤੁਹਾਡੇ ਪੇਰੈਂਟਸ ਨੇ ਤੁਹਾਡਾ ਸਹਿਯੋਗ ਦਿੱਤਾ ਇਸ ਦੇ ਵਿੱਚ, ਔਰ ਕਿਸ ਕਿਸ ਨੇ ਦਿੱਤਾ? ਹਾਂਜੀ, ਸਾਡਾ ਸਹਿਯੋਗ ਸਾਡੇ ਪਹਿਲਾਂ ਤਾਂ ਸਾਡੇ ਪੇਰੈਂਟਸ ਨੇ ਦਿੱਤਾ, ਫਿਰ ਉਹਨਾਂ ਤੋਂ ਬਾਅਦ ਸਾਡੇ ਗੀਤਕਾਰ ਚਾਂਦੀ ਥੰਮਣ ਵਾਲੀ ਆ ਜੀ, ਸੰਘਾ ਡੰਡੇ ਵਾਲੀ ਆ ਜੀ, ਕਾਲਾ ਮਕਸੂਦਪੁਰੀ ਜੀ। ਅੱਛਾ, ਇਸ ਸਿੰਗਿੰਗ ਦੀ ਖੇਤਰ ਵਿੱਚ ਤੁਹਾਡਾ ਰੁਝਾਨ ਕਿਵੇਂ ਹੈ? ਕੀ ਤੁਹਾਡੇ ਫੈਮਿਲੀ ਦੇ ਵਿੱਚ ਪਹਿਲਾਂ ਵੀ ਕੋਈ ਗਾਉਂਦਾ ਸੀਗਾ, ਜਾਂ ਮਤਲਬ ਤੁਸੀਂ ਇਸ ਪਾਸੇ ਕਿਵੇਂ ਆਈਆਂ? ਹਾਂਜੀ, ਪਹਿਲਾਂ ਸਾਡੇ ਪੜਦਾਦਾ ਜੀ ਗਾਉਂਦੇ ਸੀਗੇ, ਫਿਰ ਸਾਡੇ ਡੈਡੀ ਜੀ ਗਾਉਣ ਲੱਗ ਗਏ, ਉਹਨਾਂ ਤੋਂ ਦੇਖ ਦੇਖ ਕੇ ਸਾਨੂੰ ਸ਼ੌਂਕ ਪੈ ਗਿਆ। ਪੂਰੀ ਪੇਰੈਂਟਸ ਦੀ ਪੂਰੀ ਤੁਹਾਨੂੰ ਸਪੋਰਟ ਹੈ ਇਹਦੇ ਵਿੱਚ? ਹਾਂਜੀ, ਪੂਰੀ ਸਪੋਰਟ ਆ। ਹੁਣ ਤੱਕ ਤੁਸੀਂ ਕਿੰਨੇ ਜਿਹੜੇ ਪੰਜਾਬੀ ਤੇ ਧਾਰਮਿਕ ਗੀਤ ਜਿਹੜੇ ਆ ਔਰ ਰਿਲੀਜ਼ ਕਰ ਚੁੱਕੇ ਆ? ਕਾਫੀ ਕਰ ਚੁੱਕੇ ਆ, ਗਿਣਤੀ ਫੇ ਵੀ ਲਗਭਗ ਲਗਭਗ 100 ਲਗਭਗ 100 ਕੀ ਬਾਤਾਂ ਨੇ। ਉੱਠਦੇ ਬਹਿੰਦੇ ਸ਼ਾਮ ਸਵੇਰੇ, ਉੱਠਦੇ ਬਹਿੰਦੇ ਸ਼ਾਮ ਸਵੇਰੇ, ਨਾਮ ਗੁਰਾਂ ਦਾ ਲੈਨੇ ਆ, ਰੱਬ ਦਾਸ ਗੁਰੂ ਤੇਰੀ ਕਿਰਪਾ ਦੇ ਨਾਲ, ਰੱਬ ਦਾਸ ਗੁਰੂ ਤੇਰੀ ਕਿਰਪਾ ਦੇ ਨਾਲ, ਚੜ੍ਹਦੀ ਕਲਾ ਵਿੱਚ ਰਹਿੰਦੇ ਆ। ਤੇ ਤੁਸੀਂ ਹਲੇ ਤੱਕ ਜਿਹੜਾ ਬਾਹਰਲੀ ਕਿਸੇ ਕੰਟਰੀ 'ਤੇ ਟੂਰ ਕੀਤਾ ਨਹੀਂ? ਹਾਂਜੀ, ਪੰਜਾਬ 'ਤੇ ਤਾਂ ਤੁਸੀਂ ਹਰ ਕੋਨੇ ਕੋਨੇ 'ਤੇ ਅਸੀਂ ਤੁਹਾਨੂੰ ਦੇਖਦੇ ਰਹੀਦਾ ਆ। ਹਾਂਜੀ, ਪੰਜਾਬ ਵਿੱਚ ਆਲਰੇਡੀ ਅਸੀਂ ਸਾਰੇ ਸ਼ੋਅ ਕਰ ਚੁੱਕੇ ਹਾਂ। ਅੱਛਾ, ਤੁਹਾਡੇ ਮਾਤਾ ਪਿਤਾ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਹੈਗੀਆਂ ਜਿਨ੍ਹਾਂ ਨੇ ਤੁਹਾਨੂੰ ਕਿਹਾ ਵੀ ਬੇਟੀ ਉਹ ਟੈਨਸ਼ਨ ਨਾ ਲਓ, ਅਸੀਂ ਤੁਹਾਡੇ ਨਾਲ ਖੜੇ ਹਾਂ? ਹਾਂਜੀ, ਸਾਡੇ ਬਹੁਤ ਹੀ ਇਸਤਿਕਾਜੋਗ ਅੰਕਲ ਚਾਂਦੀ ਥੰਮਣ ਵਾਲੀ ਜੀ, ਸਾਡੇ ਭਾਜੀ ਸੰਜੀਵ ਬਾਠਾਂ ਵਾਲੇ ਜੀ, ਕਾਲਾ ਮਕਸੂਦਪੁਰੀ ਜੀ, ਕੁਲਵੰਤ ਸਰੋਆ ਜੀ, ਸਾਬੀ ਮੰਡਿਆਲੇ ਵਾਲਾ ਜੀ, ਮੁਕੇਸ਼ ਕਟਾਰੀਆਂ ਵਾਲਾ ਜੀ। ਤੇ ਕੋਈ NRI ਵੱਲੋਂ ਤੁਹਾਨੂੰ ਸੰਜੋਗ ਕੋਈ ਮਿਲਿਆ? ਹਾਂਜੀ, ਸਾਰੇ ਬਹੁਤ ਪਿਆਰ ਕਰਦੇ ਸਾਨੂੰ। ਅੱਛਾ, ਪਰਿਵਾਰ ਵਿੱਚ ਤੁਹਾਡੇ ਮੰਮੀ ਡੈਡੀ ਤੋਂ ਇਲਾਵਾ ਹੋਰ ਕਿੰਨੇ ਮੈਂਬਰ ਹੈ, ਭਰਾ ਕਿੰਨੇ ਆ ਜਾਂ ਭੈਣਾਂ ਕਿੰਨੀਆਂ ਨੇ, ਇਹਦੇ ਬਾਰੇ ਜ਼ਰੂਰ ਦੱਸੋ ਜੀ। ਹਾਂਜੀ, ਅਸੀਂ 4 ਭੈਣਾਂ, ਭਰਾ ਸਾਡਾ ਹੈ ਨਹੀਂ, ਅਤੇ ਦਾਦੀ ਦਾਦਾ, ਭੂਆ ਆ, ਭੂਆ ਦੀ ਕੁੜੀ ਆ ਬਸ। ਅਤੇ ਤੁਹਾਨੂੰ ਸੰਜੋਅ ਜਿਹੜਾ ਆਪਣੇ ਗੀਤ ਗਾਉਣ ਦਾ, ਕਦੋਂ ਤੋਂ ਤੁਹਾਨੂੰ ਸ਼ੌਂਕ ਪਿਆ? ਹਾਂਜੀ, ਮੈਂ 7 ਸਾਲ ਦੀ ਸੀਗੀ ਅਤੇ ਛੋਟੀ ਸੀਗੀ, ਅਤੇ ਜਦੋਂ ਅਸੀਂ ਪਹਿਲੀ ਵਾਰ ਅਸੀਂ ਆਪਣੇ ਪਿੰਡ ਗਾਇਆ ਲੱਖ ਦਾ ਸਰਕਾਰ ਦੇ ਗਾਇਆ, ਅਤੇ ਉਸ ਤੋਂ ਬਾਅਦ ਸਾਨੂੰ ਸਾਰੇ ਪਿੰਡ ਵਾਲਿਆਂ ਨੇ ਕਿਹਾ ਵੀ ਤੁਸੀਂ ਵਧੀਆ ਕਰ ਸਕਦੇ, ਤੁਹਾਡੀ ਆਵਾਜ਼ ਸੁਣੀ, ਅਤੇ ਫਿਰ ਅਸੀਂ ਹੌਲੀ ਹੌਲੀ ਹੋ ਗਏ। ਅੱਛਾ, ਕੌਰ ਸਿਸਟਰ, ਤੁਹਾਡੀ ਆਵਾਜ਼ ਵਾਕਈ ਬਹੁਤ ਵਧੀਆ ਸੀ, ਕੁਝ ਸ਼ਬਦ ਵੀ ਰਿਕਾਰਡ ਕੀਤੇ ਆ, ਮਤਲਬ ਤੁਸੀਂ ਜਿਹੜੀ ਗਿਆਨ ਕਿਸ ਤੋਂ ਲੈ ਕੇ, ਕੋਈ ਤੁਸੀਂ ਉਸਤਾਦ ਧਾਰਨ ਕੀਤਾ ਜਾਂ ਫਿਰ ਆਪਣੇ ਫਾਦਰ ਸਾਹਿਬ ਤੋਂ ਸਭ ਕੁਝ ਸਿੱਖਿਆ? ਹਾਂਜੀ, ਪਹਿਲਾਂ ਸਾਡੇ ਡੈਡੀ ਸਿਖਾਲਦੇ ਸੀਗੇ, ਅਤੇ ਫਿਰ ਅਸੀਂ ਉਸਤਾਦ ਕਰਨ ਵਰਮਾ ਜੀ ਕੋਲ ਹੁਣ ਸਿੱਖ ਰਹੇ ਹਾਂ, ਡੇਰਾ 108 ਸੰਤ ਬਾਬਾ ਮੇਲਾ ਰਾਮ ਮਹਾਰਾਜ ਜੀ, ਉਹਨਾਂ ਦੇ ਡੇਰੇ 108 ਸੰਤ ਬਾਬਾ ਕੁਲਵੰਤ ਰਾਮ ਮਹਾਰਾਜ ਜੀ, ਸਾਧੂ ਸੰਪਰਦਾਇਕ ਸੁਸਾਇਟੀ 108 ਸੰਤ ਬਾਬਾ ਲਛਮਣ ਦਾਸ ਮਹਾਰਾਜ ਜੀ, ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਦੇ ਡੇਰੇ ਤੋਂ ਅਸੀਂ ਸਿੱਖਦੇ ਹਾਂ ਹੁਣ, ਉਸਤਾਦ ਕਰਨ ਵਰਮਾ ਜੀ ਤੋਂ। ਹੁਣ ਕੋਈ ਤੁਹਾਡਾ ਨਵਾਂ ਟਰੈਕ ਆਉਣ ਵਾਲਾ ਹੈਗਾ ਕੁਝ ਦਿਨਾਂ ਤੱਕ ਜਾਂ ਕੁਝ ਵੀਕ ਤੱਕ? ਹਾਂਜੀ, ਸਾਡਾ ਸੂਫੀ ਟਰੈਕ ਸਾਨੂੰ ਤੇਰੇ ਵਿੱਚ ਦਿਸਦਾ ਖੁਦਾ ਸੋਹਣਿਆ, ਦੋ ਲੈਣਾ ਪਰ ਗਾ ਸਕਦੇ ਹਾਂ ਜੇ ਤੁਸੀਂ ਚਾਹੋਗੇ। ਆਕੇ ਸਾਹਮਣੇ ਖਲੋ ਗਏ, ਤਨੋ ਮਨੋ ਤੇਰੇ ਹੋ ਗਏ, ਆਕੇ ਸਾਹਮਣੇ ਖਲੋ ਗਏ, ਤਨੋ ਮਨੋ ਤੇਰੇ ਹੋ ਗਏ, ਜ਼ਰਾ ਨਜ਼ਰਾਨਾ ਨਜ਼ਰ
ਖੁਦਾ ਸੋਹਣਿਆ, ਸਾਨੂੰ ਤੇਰੇ ਵਿੱਚੋਂ ਦਿਸਦਾ ਖੁਦਾ ਸੋਹਣਿਆ। ਵਾਹ ਵਾਹ ਸਾਥੀ, ਤੁਸੀਂ ਦੇਖਿਆ ਵੀ ਕਿੰਨੀਆਂ ਖੂਬਸੂਰਤ ਇਹਨਾਂ ਦੀਆਂ ਆਵਾਜ਼ਾਂ ਆ, ਬਾਕੀ ਵਰਲਡ ਫੇਮਸ ਜਿਹੜੇ ਹੈ ਸਿੰਗਰ ਆ। ਅਤੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਸਾਥੀ ਦੇਖਦੇ ਪਏ ਆ, ਸਾਥੀ ਬਹੁਤ ਸਾਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ, ਬਾਬਾ ਸਾਹਿਬ ਜੀ ਦੇ, ਭਗਵਾਨ ਵਾਲਮੀਕ ਮਹਾਰਾਜ ਜੀ ਦੇ ਟਰੈਕ ਵੀ ਇਹਨਾਂ ਨੇ ਗਾਏ ਆ। ਆਪਾਂ ਇੱਕ ਦੋ ਲਾਈਨਾਂ ਜ਼ਰੂਰ ਇਹਨਾਂ ਨੂੰ ਕਵਾਂਗੇ, ਬੇਨਤੀ ਕਰਾਂਗੇ। ਔਰ ਮੈਂ ਬੇਨਤੀ ਖਾਸ ਤੌਰ 'ਤੇ ਆਪਣੇ ਸਰੋਤਿਆਂ ਨੂੰ ਕਰਨਾ ਚਾਹੁੰਦਾ ਕਿ ਇੰਨੀ ਸੋਹਣੀ ਕੁੜੀਆਂ ਦੀ ਆਵਾਜ਼ ਹੈ, ਇਹਨਾਂ ਦੇ ਜ਼ਰੂਰ ਸਪੋਰਟ ਕਰੋ। ਸਪੋਰਟ ਤੋਂ ਭਾਵ ਇਹ ਕਿ ਇਹਨਾਂ ਨੂੰ ਵੱਧ ਤੋਂ ਵੱਧ ਪ੍ਰੋਗਰਾਮਾਂ 'ਤੇ ਬੁਲਾਓ, ਇਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਗਾਣੇ ਲਿਖ ਕੇ ਦਿਓ ਤਾਂ ਕਿ ਹੋਰ ਵੀ ਜਿਹੜੇ ਆਪਣੀ ਆਵਾਜ਼ ਰਾਹੀਂ ਜਿਹੜੀ ਸਤਿਗੁਰਾਂ ਦੇ ਮਿਸ਼ਨ ਨੂੰ ਦੁਨੀਆਂ ਦੇ ਕੋਨੇ ਤੱਕ ਪਹੁੰਚਾ ਸਕਣ। ਹਾਂਜੀ ਭੈਣ ਜੀ, ਇੱਕ ਸਤਿਗੁਰ ਅਰਦਾਸ ਮਹਾਰਾਜ ਦਾ ਦੋ ਲਾਈਨਾਂ ਜ਼ਰੂਰ ਸ਼ਬਦ ਸੁਣਾਓ ਜੀ। ਸਾਡੇ ਘਰ ਸਤਿਗੁਰ ਜੀ ਆਏ, ਮੈਂ ਕਾਇਆਂ ਗੁਲਾਬ ਦੀਆਂ, ਸਾਰੀ ਸੰਗਤ ਨੇ ਦਰਸ਼ਨ ਪਾਏ, ਮੈਂ ਕਾਇਆਂ ਗੁਲਾਬ ਦੀਆਂ। ਸਤਿਗੁਰ ਕਾਂਛੀ ਵਾਲੇ ਆਏ, ਸਤਿਗੁਰ ਕਾਂਛੀ ਵਾਲੇ ਆਏ, ਪਰੀਆਂ ਨੇ ਰਲ ਮੰਗਲ ਗਾਏ, ਪਰੀਆਂ ਨੇ ਰਲ ਮੰਗਲ ਗਾਏ, ਘਰ ਨੂੰ ਚਾਰ ਚੰਨ ਲਾਏ, ਸਾਡੇ ਘਰ ਨੂੰ ਚਾਰ ਚੰਨ ਲਾਏ, ਸਾਡੇ ਘਰ ਨੂੰ ਚਾਰ ਚੰਨ ਲਾਏ, ਮੈਂ ਕਾਇਆਂ ਗੁਲਾਬ ਦੀਆਂ, ਸਾਡੇ ਘਰ ਸਤਿਗੁਰ ਜੀ ਆਏ, ਮੈਂ ਕਾਇਆਂ ਗੁਲਾਬ ਦੀਆਂ, ਸਾਰੀ ਸੰਗਤ ਨੇ ਦਰਸ਼ਨ ਪਾਏ, ਮੈਂ ਕਾਇਆਂ ਗੁਲਾਬ ਦੀਆਂ। ਸੋ ਬਹੁਤ ਬਹੁਤ ਧੰਨਵਾਦ। ਸਿੰਗਿੰਗ ਤੋਂ ਇਲਾਵਾ ਹੋਰ ਤੁਹਾਡੇ ਕਿਹੜੇ ਕਿਹੜੇ ਸ਼ੌਂਕ ਹੈਗੇ ਆ? ਹਾਂਜੀ, ਸਾਡੇ ਸ਼ੌਂਕ ਸਿੰਗਿੰਗ ਹੀ ਵਧੀਆ ਲੱਗਦੀ ਸਾਨੂੰ, ਘੁੰਮਣ ਫਿਰਨ ਦਾ। ਤੁਹਾਡੇ ਦੋਨਾਂ ਦੇ ਵਿੱਚੋਂ ਜ਼ਿਆਦਾ ਚੁਸਤ ਚਲਾਕ ਕੌਣ ਹੈ? ਦੋਨੇ ਇੱਕੋ ਹੀ ਆ। ਮੰਮੀ ਡੈਡੀ ਤੰਗ ਕਿੰਨੇ ਕੀ ਕਰਦੀ? ਬਹੁਤ ਜ਼ਿਆਦੇ ਜ਼ਿਆਦੇ ਕਰਦੀ ਹੈ ਨਾ। ਅੱਛਾ, ਮੰਮੀ ਡੈਡੀ ਅਸੀਂ ਦੇਖਿਆ ਤੁਹਾਡੇ ਬਹੁਤ ਜ਼ਿਆਦਾ ਉਹ ਮਤਲਬ ਪ੍ਰਾਊਡ ਜਿਹੜਾ ਕਰਦੇ ਲੱਗਦਾ, ਕਿਉਂਕਿ ਪਤਾ ਲੱਗ ਜਾਂਦਾ ਹੈ ਨਾ। ਅਤੇ ਕਿਉਂਕਿ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ ਦੋਨਾਂ ਦੇ ਉੱਤੇ ਆ। ਫਾਦਰ ਸਾਹਿਬ ਉਹਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਠੀਕ ਨਹੀਂ ਹੈਗੇ, ਅਤੇ ਤੁਸੀਂ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁੜੀਆਂ ਨੂੰ ਬਹੁਤ ਜ਼ਿਆਦਾ ਦਬਾ ਕੇ ਰੱਖਿਆ ਜਾਂਦਾ ਆਪਣੇ ਸਮਾਜ ਦੇ ਵਿੱਚ। ਜੇ ਬੱਚੀ ਪੜ੍ਹਦੀ ਹੈ ਤਾਂ ਉਹਨੂੰ ਕਹਿੰਦੇ ਜੀ ਇੰਨੀਆਂ ਪੜ੍ਹਨੀ ਆ, ਤੂੰ ਬਾਹਰ ਕੰਮ 'ਤੇ ਵੀ ਨਹੀਂ ਜਾਣ ਦਿੰਦੇ। ਜਿਵੇਂ ਤੁਸੀਂ ਇੱਕ ਬਹੁਤ ਵਧੀਆ ਖੇਤਰ ਦੇ ਵਿੱਚ ਸਿੰਗਿੰਗ ਕਰਦੇ ਹੋ, ਕੀ ਮੈਸੇਜ ਦੇਣਾ ਚਾਹੁੰਦਾ ਕੁੜੀਆਂ ਨੂੰ ਕਿ ਉਹ ਪੈਰਾਂ 'ਤੇ ਆਪਣੇ ਖੜ੍ਹ ਸਕਣ, ਚਾਹੇ ਸਿੰਗਿੰਗ ਵਿੱਚ ਖੜ੍ਹਨ, ਚਾਹੇ ਪੜ੍ਹਾਈ ਵਿੱਚ ਖੜ੍ਹਨ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਹਾਂਜੀ, ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸਟਰਗਲ ਕਰੋ ਆਪਣੀ ਲਾਈਫ 'ਚ, ਪੜ੍ਹੋ ਲਿਖੋ, ਸੰਘਰਸ਼ ਕਰੋ। ਬਾਬਾ ਸਾਹਿਬ ਜੀ ਨੇ ਆਪਾਂ ਨੂੰ ਇੱਕੋ ਹੀ ਨਾਰਾ ਦਿੱਤਾ, ਪੜ੍ਹੋ ਜੁੜੋ ਸੰਘਰਸ਼ ਕਰੋ। ਸੋ ਆਪਾਂ ਨੂੰ ਸਾਰਿਆਂ ਨੂੰ ਜੁੜ ਕੇ ਰਹਿਣਾ ਚਾਹੀਦਾ ਆ, ਅਤੇ ਆਪਣੇ ਪੈਰਾਂ 'ਤੇ ਆਪਣੇ ਪੇਰੈਂਟਸ ਨੂੰ ਬਣ ਕੇ ਕੁਛ ਦਿਖਾਲਣਾ ਚਾਹੀਦਾ ਆ। ਮੀਰਾ ਕਾਂਛੀ ਦੇ ਵਿੱਚ ਤੂੰ ਬਾਦਲ ਨਾਲ ਲਾ ਕੇ, ਮੀਰਾ ਕਾਂਛੀ ਦੇ ਵਿੱਚ ਤੂੰ ਬਾਦਲ ਨਾਲ ਲਾ ਕੇ, ਮੀਰਾ ਕਾਂਛੀ ਦੇ ਵਿੱਚ ਤੂੰ ਬਾਦਲ ਨਾਲ ਲਾ ਕੇ, ਮੀਰਾ ਕਾਂਛੀ ਦੇ ਵਿੱਚ ਤੂੰ ਬਾਦਲ ਨਾਲ ਲਾ ਕੇ, ਮਿੰਨੀ ਮਿੰਨੀ ਧੁਨ ਵਿੱਚ ਰਵੀਦਾਸ ਨੂੰ ਗਾਵੇ, ਮਿੰਨੀ ਮਿੰਨੀ ਧੁਨ ਵਿੱਚ ਰਵੀਦਾਸ ਨੂੰ ਗਾਵੇ, ਮਿੰਨੀ ਮਿੰਨੀ ਧੁਨ ਵਿੱਚ ਰਵੀਦਾਸ ਨੂੰ ਗਾਵੇ, ਮਿੰਨੀ ਮਿੰਨੀ ਧੁਨ ਵਿੱਚ ਰਵੀਦਾਸ ਨੂੰ ਗਾਵੇ। ਤੜਫ ਵਿਛੋੜੇ ਵਾਲੀ ਉਹਦੇ ਦਿਲ ਨੂੰ ਲੱਗੀ ਏ, ਲੱਗੀ ਏ ਸਿਫਤਾਂ ਗੁਰੂ ਰਵਿਦਾਸ ਦੀਆਂ ਪਈ ਦਿਲ ਚੋਂ ਗਾਵੇ। ਬਹੁਤ ਸਾਰੇ ਵੱਖ ਵੱਖ ਸਥਾਨਾਂ 'ਤੇ ਤੁਸੀਂ ਜਾਂਦੇ ਹੋ, ਤੁਹਾਨੂੰ ਬਹੁਤ ਮਾਣ ਸਨਮਾਨ ਹੀ ਦੇਖਦਾ ਮਿਲਦਾ ਵੱਖ ਵੱਖ ਡੇਰਿਆਂ 'ਤੇ, ਅਤੇ ਕੁਝ ਮਹਾਂਪੁਰਸ਼ਾਂ ਦੇ ਬਾਰੇ ਵੀ ਜ਼ਰੂਰ ਗੱਲਬਾਤ ਕਰੋ ਜੀ।
ਹਾਂਜੀ ਸਾਨੂੰ ਸਾਰੇ ਅਸੀਂ ਵੱਖ ਵੱਖ ਡੇਰਿਆਂ 'ਤੇ ਜਾਈਦਾ ਗਾਉਣ, ਅਤੇ ਸਾਨੂੰ ਸਾਰੇ ਸੰਤ ਮਹਾਂਪੁਰਸ਼ ਸਾਨੂੰ ਬਹੁਤ ਪਿਆਰ ਕਰਦੇ ਆ। 108 ਸੰਤ ਬਾਬਾ ਕੁਲਵੰਤ ਰਾਮ ਮਹਾਰਾਜ ਜੀ, 108 ਸੰਤ ਬਾਬਾ ਲਛਮਣ ਦਾਸ ਮਹਾਰਾਜ ਜੀ, 108 ਸੰਤ ਬਾਬਾ ਸ਼ਾਮ ਦਾਸ ਮਹਾਰਾਜ ਜੀ ਮਾਲਗੈਲਾਂ ਤੋਂ, ਮੱਖਣ ਦਾਸ ਮਹਾਰਾਜ ਜੀ ਪਿੰਡ ਜਗਤਪੁਰ ਬਘੌਰਾਂ ਤੋਂ, ਲਖਵੀਰ ਸ਼ਾਹ ਜੀ, ਗੁਰਮੀਤ ਸ਼ਾਹ ਜੀ ਬਾਪੂ ਜੀ ਸਾਡੇ, ਸੋ ਉਹਨਾਂ ਦਾ ਵੀ ਬਹੁਤ ਸਹਿਯੋਗ ਆ, ਜੋ ਕਿ ਸਾਡੇ ਪੜ੍ਹਾਈ ਲਿਖਾਈ 'ਚ ਵੀ ਸਾਡੀ ਬਹੁਤ ਮਦਦ ਕਰਦੇ ਆ। ਸਾਡੇ ਮਕਾਨ ਪਹਿਲਾਂ ਤਾਂ ਸਾਡੇ ਮਕਾਨ ਕੱਚੇ ਸੀ, ਅਤੇ ਹੁਣ ਤਾਂ ਰੱਬ ਦੀ ਮਿਹਰ ਨਾਲ ਸਾਡੇ ਮਕਾਨ ਬਾਬਾ ਜੀ ਨੇ ਪੱਕੇ ਬਣਾ ਦਿੱਤੇ, ਅਤੇ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਮਕਾਨ ਬਣਾਉਣ ਵਿੱਚ। ਪਹਿਲੀ ਤੁਸੀਂ ਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਦੇ ਕਾਫੀ ਟਰੈਕ ਗਾਏ ਆ, ਕਿ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਆ ਹਰ ਪਿੰਡ ਦੇ ਵਿੱਚ ਗੁਰਪੁਰਬ ਮਨਾਏ ਜਾਂਦੇ ਆ, ਕੀ ਉਹ ਤੁਹਾਨੂੰ ਮਤਲਬ ਮਾਣ ਸਨਮਾਨ ਦਿੰਦੀਆਂ, ਮਤਲਬ ਤੁਹਾਨੂੰ ਪ੍ਰੋਗਰਾਮ 'ਤੇ ਬੁਲਾਉਂਦੀਆਂ ਜ਼ਿਆਦਾਤਰ? ਹਾਂਜੀ ਸਾਨੂੰ ਆਉਂਦੇ ਆ ਪ੍ਰੋਗਰਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ। ਹਾਂਜੀ ਸੱਚ, ਤੁਸੀਂ ਦੇਖ ਰਹੇ ਸੀਗੇ ਸਾਡੀ ਇਹ ਖਾਸ ਅੱਜ ਦੀ ਜਿਹੜੀ ਇੰਟਰਵਿਊ ਆਪਣੇ ਕੌਰ ਸਿਸਟਰ ਭੈਣ ਜੀ, ਜੋ ਵਰਲਡ ਫੇਮਸ ਦੋਨੇ ਕੁੜੀਆਂ ਆ, ਬਹੁਤ ਵਧੀਆ ਆਵਾਜ਼ ਆ, ਬਹੁਤ ਟਰੈਕ ਤੁਸੀਂ ਦੇਖੇ ਆ, ਔਰ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਦੇ ਗਾਏ ਹੋਏ ਜਿਹੜੇ ਗਾਣੇ ਆ ਇਹਨਾਂ ਦੇ ਯੂਟਿਊਬ ਚੈਨਲ, ਆਪਣੇ ਯੂਟਿਊਬ ਚੈਨਲ ਬਾਰੇ ਮਾੜਾ ਜਾਣਕਾਰੀ। ਹਾਂਜੀ ਸਾਡਾ ਕੌਰ ਸਿਸਟਰ ਚੈਨਲ ਹੈ, ਸੋ ਤੁਸੀਂ ਸਾਰੇ ਜਾਣੇ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ, ਸੋ ਤਾਂ ਕਿ ਸਾਡਾ ਹਰੇਕ ਨਵਾਂ ਟਰੈਕ ਤੁਹਾਡੇ ਤੱਕ ਪਹੁੰਚ ਸਕੇ। ਅੱਛਾ, ਅੱਜ ਅਸੀਂ ਤੁਹਾਡੇ ਗ੍ਰਹਿ ਵਿਖੇ ਆਏ ਹਾਂ, 22 ਲਾਈਵ ਨਿਊਜ਼, 22 ਲਾਈਵ ਨਿਊਜ਼ ਅਤੇ ਜਨ ਪੰਜਾਬੀ ਨਿਊਜ਼, ਸਾਡੇ ਚੈਨਲ ਬਾਰੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਤੁਸੀਂ ਆਏ ਹਾਂ ਤੁਹਾਡਾ ਧੰਨਵਾਦ, ਸੋ 22 ਲਾਈਵ ਨਿਊਜ਼, ਜਨ ਪੰਜਾਬੀ ਨਿਊਜ਼, NRS ਲਾਈਵ ਟੀਵੀ, ਸੋ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਇੰਟਰਵਿਊ ਕੀਤੀ, ਸੋ ਇਹਨਾਂ ਦੇ ਚੈਨਲ ਨੂੰ ਤੁਸੀਂ ਸਾਰੇ ਜਾਣੇ ਸਪੋਰਟ ਕਰੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ, ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।